ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰ ਨਾਲ ਸਕੂਟੀ ਦੀ ਟੱਕਰ ਹੋ ਗਈ। ਕਾਰ ਵਾਲੇ ਨੇ ਸਕੂਟੀ ਵਾਲੀ ਔਰਤ ਨਾਲ ਬਦਸਲੂਕੀ ਕੀਤੀ ਤੇ ਉਸ ਤੋਂ 20,000 ਰੁਪਇਆ ਲੁੱਟ ਕੇ ਲੈ ਗਏ। ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਲੁੱਟਖੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੱਲਣ ਲੱਗ ਗਿਆ ਨਾ ਫਿਰ ਬਸ ਹੁਣ ਜਾਣ ਦੇ ਸਕੂਟਰੀ ਅਸੀਂ ਲੈ ਜਾਣੀ ਹੈ। ਮੈਂ ਕਿਹਾ ਨਹੀਂ ਭਾਅ ਜੀ ਰੁਕੋ ਵੀ ਗੱਲ ਕਰੋ, ਕਹਿੰਦਾ ਮੈਂ ਮੇਰਾ ਹਰਜਾਨਾ ਭਰੋ, ਅਸੀਂ ਮਰ ਜਾਣਾ ਸੀ ਇਹ ਉਹ, ਮੈਨੂੰ ਬੰਦੀਆਂ ਦੀ ਗਾਲਾਂ ਕੱਢਣ ਲੱਗ ਗਿਆ, ਡਾਂਗ ਦਿਖਾ ਕੇ ਹਾਂਜੀ। ਬਸ ਫਿਰ ਉਸ ਤੋਂ ਬਾਅਦ ਮੈਂ ਨਾ ਸਕੂਟਰੀ ਚਾਬੀ ਮੈਂ ਕਿਹਾ ਨਹੀਂ ਮੈਂ ਦਿੰਦੀ ਹਾਂ, ਮੈਂ ਐਕਚੁਲੀ 20,000 ਰੁਪਇਆ ਕਢਾ ਕੇ ਲਿਆਈ ਸੀ ਅੱਧੇ ਘੰਟੇ ਪਹਿਲਾਂ ਸਕੂਟਰੀ ਤੋਂ ਆਈ ਸੀ ਬੈਂਕ ਤੋਂ, ਅਤੇ ਉਹ ਮੈਂ ਹਾਲੇ ਸਕੂਟਰੀ 'ਚ ਰੱਖਿਆ ਸੀ, ਮੈਂ ਕਿਸੇ ਕਿਸੇ ਨੂੰ ਛੱਡਣ ਗਈ ਸੀ ਆਪਣੇ ਰੈਲ ਸੀ ਉੱਥੇ ਫਿਰ ਬਸ ਉਹ ਕਹਿੰਦਾ ਮੈਨੂੰ ਪੈਸੇ ਦੋ ਜਿੰਨੇ ਹੈਗੇ ਆ, ਮੈਂ ਤਾਂ ਡਿੱਕੀ ਉਹਨੇ ਖੋਲ ਲਈ ਆਪੇ ਸਾਰੇ ਪੈਸੇ ਕੱਢ ਕੇ ਭੱਜ ਗਏ। 2,000 ਹੀ ਆ ਬਸ ਮੇਰਾ, 1,000 ਰੁਪਇਆ ਗੱਡੀ ਸਵਿਫਟ ਸੀਗੀ ਟੋਟਲ ਚੋਂ ਕਿੰਨੇ ਬਚ ਗਏ ਬਾਦੀ ਇਹ ਉਹਦੇ ਵਿੱਚੋਂ ਜਿਹੜੇ ਕਢਾਏ ਆ ਹਾਂਜੀ ਉਹਨਾਂ ਦੀ ਸਿਲੈਕਟ ਹੋ ਗਿਆ ਸੀ ਵਾਰਾਂ ਤੇ ਚਿੱਟਾ ਰੰਗ ਮੋਰਲੀ ਨੰਬਰ ਪਲੇਟ ਹੈ ਜੀ ਨਹੀਂ ਪਹਿਲੀ ਤਹਿਲਕਾ ਨਿਊਜ਼ ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।